ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ। ਬਹੁਤ ਕਿਆਸਰਾਈਆਂ ਲੱਗੀਆਂ ਸੀ ਕਿ ਗੱਠਜੋੜ ਹੋ ਜੂਗਾ, ਪਰ ਹੁਣ ਸੁਨੀਲ ਜਾਖੜ ਹੋਰਾਂ ਨੇ ਸਾਰੀ ਸਥਿਤੀ ਸਾਫ਼ ਕਰ ਦਿੱਤੀ ਹੈ। ਉਹ ਕਹਿੰਦੇ ਅਕਾਲੀ ਭਾਜਪਾ ਗੱਠਜੋੜ ਬਿਲਕੁਲ ਨਹੀਂ ਹੋਊਗਾ, ਇਕੱਲਿਆਂ ਚੋਣਾਂ ਲੜਾਂਗੇ। ਬਿਲਕੁਲ ਜੀ, ਬਿਲਕੁਲ ਹਰਮਨ ਜੀ, ਅੱਜ ਦੀਆਂ ਅਖਬਾਰਾਂ ਨੇ ਇਸ ਵਿਸ਼ੇ ਦੇ ਉੱਤੇ ਭਰੀਆਂ ਪਈਆਂ। ਲੰਘੇ ਕੱਲ ਬਿਆਨਾਂ ਦਾ ਸਿਲਸਿਲਾ ਜਾਰੀ ਰਿਹਾ। ਸੁਨੀਲ ਜਾਖੜ ਹੋਰਾਂ ਨੇ ਵੀਡੀਓ ਸੁਨੇਹੇ ਦੇ ਰਾਹੀਂ ਇਹ ਗੱਲ ਕਹਿਤੀ ਕਿ ਭਾਜਪਾ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਇਕੱਲਿਆਂ ਚੋਣ ਲੜੂਗੀ। ਉਹਨਾਂ ਨੇ ਕਿਹਾ ਜੀ, ਜਵਾਨੀ, ਕਿਸਾਨੀ ਤੇ ਫੈਕਟਰੀਆਂ ਵਾਲਿਆਂ, ਉਦਯੋਗਪਤੀਆਂ ਤੇ ਬਾਕੀ ਸਭ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬੀਜੇਪੀ ਐਤਕੀ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜੂਗੀ। ਅਸੀਂ ਸਰਵੇਖਣ ਕਰਵਾਇਆ ਤੇ ਸਰਵੇਖਣ ਦੇ ਆਧਾਰ ਦੇ ਉੱਤੇ ਇਹ ਜਾਣਕਾਰੀ ਮਿਲੀ ਹੈ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਬਹੁਤ ਸਾਰੇ ਕੰਮ ਕੀਤੇ ਆ ਤੇ ਬੜੇ ਹੋਰ ਕਰਨੇ ਬਾਕੀ ਹੈ। ਸੋ ਜਿਹੜੀ ਚਰਚਾ ਪਿਛਲੇ ਕਈ ਮਹੀਨਿਆਂ ਤੋਂ ਚੱਲਦੀ ਸੀ ਵੀ ਗੱਠਜੋੜ ਮੌਕੇ 'ਤੇ ਹੋ ਜੂਗਾ, ਇਹ ਗੱਠਜੋੜ ਨਹੀਂ ਹੋਇਆ। ਤੇ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਨੇ ਅੱਡ ਅੱਡ ਚੋਣ ਲੜੀ, ਬਿਲਕੁਲ ਉਸੇ ਤਰੀਕੇ ਨਾਲ ਹੁਣ ਵੱਖ ਵੱਖ ਚੋਣ ਲੜਨਗੇ। ਵਿਧਾਨ ਸਭਾ ਚੋਣਾਂ ਦੇ ਵਿੱਚ 3 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ 2022 'ਚ ਅਕਾਲੀ ਦਲ ਜਿੱਤਿਆ ਤੇ 1 ਸੀਟ ਦੇ ਉੱਤੇ ਬੀਜੇਪੀ ਜਿੱਤੀ ਤੇ 1 ਦੇ ਉੱਤੇ ਬਸਪਾ ਜਿੱਤੀ। ਹੁਣ ਦੇਖਦੇ ਹਾਂ ਭਾਈ ਵੀ ਕਿੰਨੀਆਂ ਸੀਟਾਂ ਦੇ ਉੱਤੇ ਕਿਹੜੀ ਪਾਰਟੀ ਜਿੱਤਦੀ ਆ। ਜੇ ਤਾਂ ਜਿੱਤ ਗਈ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਫਿਰ ਇਸੇ ਗੱਲ ਦੇ ਉੱਤੇ ਮਾਣ ਜਾਂ ਮਹਿਸੂਸ ਕਰਨਾ ਪੈਣਾ ਕਿ ਸਾਡੀ ਵੋਟ ਪਰਸੈਂਟੇਜ ਵੱਧ ਗਈ। ਫਿਰ ਜਿਹੜੀ ਪਾਰਟੀ ਜਿੱਤ ਨਾ ਸਕੇ ਉਹ ਫਿਰ ਵੋਟਾਂ ਕਿੰਨੀਆਂ ਵੱਧ ਗਈਆਂ ਇਹਦੇ ਬਾਰੇ ਚਰਚਾ ਕਰਦੀ ਹੁੰਦੀ ਵੀ ਦੇਖੋ ਸਾਡੀ ਆਹ ਵੀ ਪ੍ਰਾਪਤੀ ਛੋਟੀ ਨਹੀਂ। ਸੋ ਸਾਨੂੰ ਨਹੀਂ ਪਤਾ ਜੀ ਲੋਕਾਂ ਨੇ ਵੋਟ ਕਿਹਨੂੰ ਪਾਉਣੀ ਹੈ, ਪਰ ਗੱਲ ਇਹ ਆ ਵੀ ਇਕੱਲੇ ਇਕੱਲੇ ਚੋਣ ਲੜਨਗੇ। ਲੰਘੇ ਕੱਲ ਸੁਖਬੀਰ ਸਿੰਘ ਬਾਦਲ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਭਾਈ ਤੁਹਾਡਾ ਗੱਠਜੋੜ ਨਹੀਂ ਹੋਇਆ ਕੀ ਕਹੋਗੇ? ਉਹ ਕਹਿੰਦੇ ਦੇਖੋ, ਸਾਡੇ ਲਈ ਜਿੱਤ ਹਾਰ ਦੇ ਨਾਲੋਂ ਵੱਧ ਸਿਧਾਂਤ ਮਹੱਤਵਪੂਰਨ ਆ। ਅਸੀਂ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲੇ ਹਾਂ। 100 ਸਾਲ ਤੋਂ ਪੁਰਾਣੀ ਪਾਰਟੀ ਹੈ, ਸਿਧਾਂਤਾਂ ਦੀ ਗੱਲ ਕਰਨ ਵਾਲੀ ਪਾਰਟੀ ਆ। ਜਿੰਨੀ ਦੇਰ ਤੱਕ ਪੰਜਾਬ ਦੇ ਖੇਤਰੀ ਮਸਲੇ ਹੱਲ ਨਹੀਂ ਹੁੰਦੇ, ਉਨੀ ਦੇਰ ਤੱਕ ਗੱਠਜੋੜ ਦੀ ਕੋਈ ਤੁੱਕ ਨਹੀਂ ਬਣਦੀ। ਉੱਧਰ ਪੱਤਰਕਾਰਾਂ ਨੇ ਪੁੱਛਿਆ ਹੋਰ ਬੀਜੇਪੀ ਦੇ ਆਗੂਆਂ ਨੂੰ, ਉਹ ਕਹਿੰਦੇ ਜੀ ਇਕੱਲੇ ਚੋਣ ਲੜਾਂਗੇ ਤੇ ਜਿੱਤ ਕੇ ਦਿਖਾਵਾਂਗੇ, ਸਾਨੂੰ ਕੋਈ ਲੋੜ ਨਹੀਂ ਸੀ। ਅਸਲ ਦੇ ਵਿੱਚ ਗੱਠਜੋੜ ਹੋਇਆ ਕਿਉਂ ਨਹੀਂ, ਹੁਣ ਸਵਾਲ ਇਹ ਪੈਦਾ ਹੁੰਦਾ। ਅਕਾਲੀ ਦਲ ਦੀ ਕੋਰ ਕਮੇਟੀ ਨੇ ਪਰਸੋਂ ਮੀਟਿੰਗ ਕੀਤੀ ਸੀ, ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋ ਗਿਆ ਸੀ ਜੀ ਕਿ ਗੱਠਜੋੜ ਹੋਣਾ ਨਹੀਂ। ਇਸ ਤੋਂ ਇਲਾਵਾ ਬੀਜੇਪੀ ਦੇ ਨੇਤਾਵਾਂ ਦੀ ਇੱਛਾ ਇਹ ਸੀ ਵੀ ਭਾਈ ਗੱਠਜੋੜ ਹੋ ਜੇ, ਚਾਹੁੰਦੇ ਕੁਝ ਅਕਾਲੀ ਆਗੂ ਵੀ ਸੀ ਸਾਡਾ ਗੱਠਜੋੜ ਹੋ ਜੇ। ਪਰ ਗੱਲ ਸੱਚੀ ਮੁੱਚੀ ਫਿਰ ਉੱਥੇ ਆ ਗਈ ਵੀ ਮਸਲਿਆਂ ਦਾ ਹੱਲ ਕਦੋਂ ਹੋਊਗਾ। ਜਦੋਂ ਪਿਛਲੀ ਵਾਰ ਯਾਨੀ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ, ਉਸ ਵੇਲੇ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਤਾ ਸੀ ਕੇਂਦਰ ਦੇ ਵਿੱਚੋਂ, ਉਦੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦੇਤਾ ਸੀ। ਉਹ ਕਿਉਂ ਦਿੱਤਾ ਸੀ? ਵੀ 3 ਖੇਤੀ ਕਾਨੂੰਨ ਤੁਸੀਂ ਕਿਉਂ ਲੈ ਕੇ ਆਏ ਆ, ਅਸੀਂ ਤਾਂ ਕਿਸਾਨੀ ਦੇ ਪੱਖ ਦੇ ਵਿੱਚ ਆ। ਚਲੋ ਜੀ, ਕਿਸਾਨ ਅੰਦੋਲਨ ਸਮਾਪਤ ਹੋ ਗਿਆ, ਗੱਲ ਖਤਮ ਹੋ ਗਈ। 2022 ਦੀਆਂ ਚੋਣਾਂ ਆ ਗਈਆਂ, ਅੱਡ ਅੱਡ ਲੜੀਆਂ, ਕਾਮਯਾਬੀ ਦੋਵਾਂ ਧਿਰਾਂ ਨੂੰ ਨਹੀਂ ਮਿਲੀ। ਉਹ ਜਿਹੜਾ ਕਿਸਾਨ ਅੰਦੋਲਨ ਉਦੋਂ ਜਿਹਦੇ ਕਰਕੇ ਇਹਨਾਂ ਨੇ ਸਾਥ ਛੱਡਿਆ ਸੀ ਅਕਾਲੀ ਦਲ ਨੇ ਬੀਜੇਪੀ ਦਾ, ਉਹ ਕਿਸਾਨ ਅੰਦੋਲਨ ਇੱਕ ਵਾਰੀ ਫਿਰ ਚੱਲੀ ਜਾਂਦਾ। ਭਾਵੇਂ ਕਿ ਐਤਕੀ ਓਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਜਾਂ ਜਥੇਬੰਦੀਆਂ ਨਹੀਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ, ਪਰ ਚੱਲ ਤਾਂ ਰਿਹਾ ਹੀ ਆ ਨਾ। ਜੇ ਇਸੇ ਅੰਦੋਲਨ ਦੇ ਚੱਲਦਿਆਂ ਤੇ ਗੱਠਜੋੜ ਫਿਰ ਹੋ ਜਾਂਦਾ ਤੇ ਫਿਰ ਵਿਰੋਧੀਆਂ ਨੇ ਵੀ ਕਹਿਣਾ ਸੀ ਤੇ ਆਮ ਲੋਕਾਂ ਨੇ ਵੀ ਕਹਿਣਾ ਸੀ ਵੀ ਨਾਲੇ ਤੁਸੀਂ ਕਹਿੰਦੇ ਸੀ ਵੀ ਕਿਸਾਨੀ ਮਸਲੇ ਕਰਕੇ ਅਸੀਂ ਸਾਥ ਛੱਡਿਆ ਤੇ ਕਿਸਾਨਾਂ ਦੇ ਉਵੇਂ ਸੰਘਰਸ਼ ਕਰਨਾ ਪੈ ਰਿਹਾ, ਹੁਣ ਤੁਸੀਂ ਸਾਥ ਫਿਰ ਅਪਣਾ ਲਿਆ। ਇੱਕ ਤਾਂ ਮਸਲਾ ਇਹ ਹੋ ਗਿਆ। ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਅਕਾਲੀ ਦਲ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਨੇ ਦਸਤਖਤੀ ਮੁਹਿੰਮ ਵੀ ਚਲਾਈ ਸੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ। ਇਹਨਾਂ ਨੇ ਰਾਸ਼ਟਰਪਤੀ ਤੱਕ ਵੀ ਪਹੁੰਚ ਕੀਤੀ ਸੀ, ਇਹਨਾਂ ਨੇ ਮਾਰਚ ਵੀ ਕੱਢਿਆ ਸੀ, ਇਹਨਾਂ ਨੇ ਕੇਂਦਰ ਦੇ ਉੱਤੇ ਦਬਾਅ ਵੀ ਬਣਾਇਆ ਸੀ, ਪਰ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਕੁਝ ਨਹੀਂ ਹੋਇਆ ਗਾ, ਇੱਕ ਵੀ ਬੰਦੀ ਸਿੰਘ ਨਹੀਂ ਛੱਡਿਆ ਗਿਆ। ਸੋ ਇਹ ਵੀ ਖੇਤਰੀ ਪਾਰਟੀ ਹੋਣ ਕਰਕੇ ਅਕਾਲੀ ਦਲ ਦੇ ਖਿਲਾਫ਼ ਜਾਣਾ ਸੀ ਵੀ ਭਾਈ ਜਦੋਂ ਤੁਹਾਡੇ ਕਹੇ ਤੇ ਮਸਲਾ ਹੀ ਕੋਈ ਨਹੀਂ ਹੱਲ ਹੁੰਦਾ ਤੇ ਗੱਠਜੋੜ ਕਿਉਂ ਕਰ ਲਿਆ? ਫਿਰ ਅੰਮ੍ਰਿਤਪਾਲ ਦਾ ਮੁੱਦਾ ਆ ਗਿਆ। ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਵੀ ਬੀਜੇਪੀ ਨੇ ਕੁਝ ਨਹੀਂ ਕੀਤਾ ਗਾ। NSA ਉਵੇਂ ਦੀ ਉਵੇਂ ਲੱਗੀ ਆ, ਉਹ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ। ਹੋਰ ਵੀ ਕਈ ਮੁੱਦੇ ਐਸੇ ਆ ਜਿਹੜੇ ਕਿ ਬੀਜੇਪੀ ਹੱਲ ਕਰ ਦਿੰਦੀ ਤਾਂ ਅਕਾਲੀ ਦਲ ਦੀ ਵੀ ਸਾਖ ਵੱਡੀ ਹੁੰਦੀ, ਮਜ਼ਬੂਤ ਹੁੰਦੀ ਤੇ ਇਕੱਠੇ ਹੋਣ ਦੇ ਵਿੱਚ ਇਹਨਾਂ ਨੂੰ ਵੇਖੋ ਫਾਇਦਾ ਪ੍ਰਤੀਤ ਹੁੰਦਾ। ਪਰ ਨਹੀਂ, ਇਵੇਂ ਹੋ ਨਹੀਂ ਸਕਿਆ, ਉਹਨਾਂ ਨੇ ਕੀਤਾ ਨਹੀਂ ਗਾ, ਇਸ ਕਰਕੇ ਭਾਈ ਇਹ ਗੱਠਜੋੜ ਨਹੀਂ ਹੋਇਆ। ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਕਿਹੜੀ ਪਾਰਟੀ ਕਿੱਥੋਂ ਜਿੱਤ ਸਕਦੀ ਆ?
ਬੀਜੇਪੀ ਦੇ ਆਗੂਆਂ ਨੂੰ ਪਿਛਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ 'ਚ ਦਿੱਕਤ ਆਈ ਸੀ। ਉੱਥੇ ਬੀਜੇਪੀ ਦੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਰੋਕ ਦਿੱਤਾ ਗਿਆ ਸੀ ਆਉਣ ਤੋਂ। ਬੋਰਡ ਵੱਖ ਵੱਖ ਥਾਵਾਂ ਦੇ ਉੱਤੇ ਲੱਗੇ ਹੋਏ ਸੀ ਵੀ ਭਾਈ ਸਾਡੇ ਪਿੰਡ ਦੇ ਵਿੱਚ ਵੜਨਾ ਸਖ਼ਤ ਮਨਾ ਹੈ। ਉਹ ਚੁਣੌਤੀ ਐਤਕੀ ਵੀ ਬੀਜੇਪੀ ਦੇ ਮੂਹਰੇ ਆਉਣ ਦੀ ਸੰਭਾਵਨਾ ਹੈਗੀ ਆ। ਬੀਜੇਪੀ ਆਪਦਾ ਪੂਰੇ ਦਾ ਪੂਰਾ ਧਿਆਨ ਰੱਖੂਗੀ ਇਕੱਲੇ ਤੌਰ ਦੇ ਉੱਤੇ ਸ਼ਹਿਰੀ ਖੇਤਰ ਦੇ ਵੱਲ, ਅਕਾਲੀ ਦਲ ਧਿਆਨ ਰੱਖੂਗਾ ਪੇਂਡੂ ਖੇਤਰ ਦੇ ਵੱਲ। ਬੀਜੇਪੀ ਨੂੰ ਕੋਈ ਪਿੰਡਾਂ 'ਚ ਨਹੀਂ ਪੁੱਛਦਾ, ਅਕਾਲੀਆਂ ਨੂੰ ਕੋਈ ਸ਼ਹਿਰਾਂ 'ਚ ਨਹੀਂ ਪੁੱਛਦਾ। ਸੋ ਇਸ ਤਰੀਕੇ ਦੀਆਂ ਪ੍ਰਸਥਿਤੀਆਂ ਬਣ ਗਈਆਂ। ਹੁਣ ਵਕਤ ਬਿਆਨ ਕਰੂਗਾ ਬਣਦਾ ਕੀ ਆ, ਜਦੋਂ ਹੁਣ ਵੋਟਾਂ ਵੰਡੀਆਂ ਜਾਣਗੀਆਂ ਵੱਧ ਥਾਵਾਂ ਦੇ ਉੱਤੇ, ਆਮ ਆਦਮੀ ਪਾਰਟੀ, ਕਾਂਗਰਸ, ਬਸਪਾ, ਅਕਾਲੀ, ਭਾਜਪਾ, ਯਾਨੀ ਕਿ ਪੰਜ ਪਾਰਟੀਆਂ ਦੇ ਵਿੱਚ ਵੋਟਾਂ ਵੰਡੀਆਂ ਜਾਣਗੀਆਂ। ਹੁਣ ਜੇ ਪੰਜਾਂ 'ਚ ਵੰਡੀਆਂ ਜਾਣਗੀਆਂ ਤਾਂ ਕਿਹੜੀ ਪਾਰਟੀ ਜਿੱਤੂਗੀ ਇੱਕ ਤਾਂ ਇਹ ਪਤਾ ਲੱਗ ਜਾਣਾ। ਉਧਰ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦੇ ਗੱਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਸੰਭਾਵਨਾ ਸੀ। ਉਦੋਂ ਤਿੰਨ ਪਾਰਟੀਆਂ 'ਚ ਮੁਕਾਬਲਾ ਹੋਣਾ ਸੀ, ਹੁਣ ਪੰਜਾਂ ਪਾਰਟੀਆਂ 'ਚ ਮੁਕਾਬਲਾ ਹੋਣਾ। ਵਕਤ ਨੇ ਬਿਆਨ ਕਰਨਾ ਬਣਦਾ ਕੀ ਆ, ਪਰ ਕੁੱਲ ਮਿਲਾ ਕੇ ਉਸ ਸੋਚ ਦੇ ਉੱਤੇ, ਉਸ ਗੱਲ ਦੇ ਉੱਤੇ ਕਾਟਾ ਫਿਰ ਗਿਆ ਜਿਹਦੇ ਵਿੱਚ ਦੋਵਾਂ ਪਾਰਟੀਆਂ ਦਾ ਗੱਠਜੋੜ ਹੋਣਾ ਸੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਪਰ ਇੱਕ ਬਹੁਤ ਵੱਡੀ ਖਬਰ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਦਾ ਹੱਥ ਛੱਡ ਕੇ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ। ਦੇਖੋ ਜੀ, ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ, ਅੱਜ ਵੀ ਇਹੀ ਗੱਲ ਆ ਕਿ ਸਾਡੇ ਦੇਸ਼ ਦੇ ਤੇ ਸਾਡੇ ਸੂਬੇ ਦੇ ਵੀ ਨੇਤਾਵਾਂ ਦਾ ਇੱਕ ਪੈਸੇ ਦਾ ਕੁਛ ਸਟੈਂਡ ਨਹੀਂ ਗਾ। ਪਤਾ ਨਹੀਂ ਇਹ ਕੈਸੀ ਮਿੱਟੀ ਦੇ ਮਨੁੱਖ ਆ, ਕੱਲ ਤੱਕ ਜਿਹੜੀ ਪਾਰਟੀ ਦੇ ਖਿਲਾਫ਼ ਚੋਣ ਲੜਦੇ ਰਹੇ ਆ, ਬੋਲਦੇ ਰਹੇ, ਜਿਹਦੇ ਖਿਲਾਫ਼ ਉਹਦੇ ਨਾਲ ਹੀ ਮਿਲ ਜਾਂਦੇ ਆ। ਮੈਨੂੰ ਤਾਂ ਕਦੇ ਕਦੇ ਇਉਂ ਲੱਗਦਾ ਵੀ ਬੀਜੇਪੀ ਆ ਜਿਹੜੀ ਉਹ ਵੀ ਕਾਂਗਰਸ ਦਾ ਇੱਕ ਸੁਧਰਿਆ ਹੋਇਆ ਰੂਪ ਬਣ ਗਈ ਆ, ਜਾਂ ਕਹਿ ਦਈਏ ਵੀ ਬੀਜੇਪੀ ਆ ਜਿਹੜੀ ਉਹ ਕਾਂਗਰਸ ਦੀ ਬੀ ਟੀਮ ਬਣ ਗਈ ਆ। ਉਹਦਾ ਕਾਰਨ ਇਹ ਆ, ਬੀਜੇਪੀ ਦੇ ਵਿੱਚ ਅੱਧੇ ਤਾਂ ਨੇਤਾ ਕਾਂਗਰਸੀ ਵੜ ਗਏ ਆ। ਤੁਸੀਂ ਦੇਖੋ ਨਵੀਨ ਜਿੰਦਲ ਪਿਛਲੇ ਦਿਨੀ ਜਦੋਂ ਪਾਰਟੀ ਦੇ ਵਿੱਚ ਆਏ, ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋਏ ਤਾਂ ਕੁਛ ਘੰਟਿਆਂ ਬਾਅਦ ਟਿਕਟ ਮਿਲ ਗਈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਆਪਾਂ ਜਾਣਦੇ ਵੀ ਕਾਂਗਰਸਗਾਂ ਨੇ 6 ਨੇ ਬਗਾਵਤ ਕਰਤੀ ਸੀ, MLA ਨੇ ਉਹਨਾਂ ਨੂੰ ਬਰਖਾਸਤ ਕਰਤਾ, ਉਹਨਾਂ ਨੇ ਅਸਤੀਫਾ ਦਿੱਤਾ, ਹੁਣ ਉਹਨਾਂ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ 6 ਜਣਿਆਂ ਨੂੰ ਜ਼ਿਮਨੀ ਚੋਣ ਹਿਮਾਚਲ ਪ੍ਰਦੇਸ਼ 'ਚ ਹੋਣੀ ਹੈ 1 ਜੂਨ ਨੂੰ। ਸੋ ਮਤਲਬ ਇਹ ਆ ਵੀ ਉਹਨਾਂ 6 ਨੂੰ ਟਿਕਟ ਦਿੱਤੀ ਆ। ਇੱਧਰ ਹੁਣ ਦੇਖੋ ਤੁਸੀਂ ਮਨਪ੍ਰੀਤ ਬਾਦਲ ਕਾਂਗਰਸ ਨੂੰ ਛੱਡ ਕੇ ਬੀਜੇਪੀ ਵੱਲ, ਉੱਧਰ ਜੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵੱਲ, ਉੱਧਰ ਜੀ ਰਾਣਾ ਸੋਢੀ ਬੀਜੇਪੀ ਦੇ ਵੱਲ, ਪਰਨੀਤ ਕੌਰ ਬੀਜੇਪੀ ਦੇ ਵੱਲ। ਤੇ ਹੈਰਾਨੀ ਹੁੰਦੀ ਵੀ ਭਾਈ ਬੀਜੇਪੀ ਤੇ ਕਾਂਗਰਸ ਦੇ ਵਿੱਚ ਫਰਕ ਕੀ, ਬੰਦੇ ਤਾਂ ਉਹੀ ਆ ਨਾ। ਜੇ ਆਪਾਂ ਇਹ ਗੱਲ ਕਹਿੰਦੇ ਵੀ ਭਾਈ ਇਸ ਪਾਰਟੀ 'ਚ ਬੰਦੇ ਸਹੀ ਨਹੀਂ, ਫਿਰ ਤੁਹਾਡੇ ਵਾਲੀ ਚਾਹ ਕੇ ਉਹ ਕਿਵੇਂ ਸਹੀ ਹੋ ਗਏ? ਜੇ ਅਸੀਂ ਕਹਿੰਦੇ ਵੀ ਉਸ ਪਾਰਟੀ ਦੇ ਨੁਕਸਾਨ ਕਰਤਾ, ਫਿਰ ਭਾਈ ਉਹ ਤਾਂ ਉਹਦੇ ਨਾਲ ਜੁੜੇ ਸੀ, ਤੁਸੀਂ ਕਾਹਤੋਂ ਲੈ ਆਏ ਹੋ? ਸੋ ਇਹ ਪਤਾ ਨਹੀਂ ਕਿਉਂ ਵੀ ਗਿਰਗਿਟ ਸ਼ਰਮਸਾਰ ਹੋਊਗਾ ਹੁਣ, ਜਿਵੇਂ ਰਾਜਨੀਤਿਕ ਲੋਕ ਛਾਲਾ ਮਾਰਦੇ ਆ। ਰਵਨੀਤ ਬਿੱਟੂ ਦੇ ਬਾਰੇ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਪਿਛਲੇ ਦਿਨੀ ਵੀ ਇਹ ਗੱਲ ਕਹੀ ਸੀ ਵੀ ਭਾਈ ਉਹਦੀ ਕੋਈ ਸਰਗਰਮੀ ਨਹੀਂ ਲੁਧਿਆਣੇ ਦੇ ਵਿੱਚ, ਉਹ ਸਿਟਿੰਗ MP ਆ, ਪਰ ਕਦੇ ਨਗਰ ਨਿਗਮ ਨੂੰ ਤਾਲਾ ਲਾਤਾ, ਕਦੇ ਗ੍ਰਿਫਤਾਰੀ ਦੇਣ ਗਏ ਆ, ਉਹਨੇ ਖਬਰਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਆ। ਆਪਾਂ ਉਸ ਦਿਨ ਗੱਲ ਕਹੀ ਸੀ ਵੀ ਉਹ ਸਰਗਰਮ ਨਹੀਂ ਰਿਹਾ, ਪਰ ਹੁਣ ਸਰਗਰਮੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵੱਲੋਂ ਕਿ ਅਸੀਂ ਕਿਹੜਾ ਘਾਟਾ ਸੀ, ਦੇਖੋ ਜੀ ਕਿੰਨੇ ਧੱਕੇ ਜਰਦੇ ਆ, ਅਸੀਂ ਦੇਖੋ ਜੀ ਕਿਸ ਤਰੀਕੇ ਨਾਲ ਹਾਲਾਤ ਨਾਲ ਮੱਥਾ ਲਾਉਂਦੇ ਆ, ਪਰ ਇਹ ਸਾਰਾ ਇੱਕ ਡਰਾਮਾ ਸੀਗਾ। ਮੈਨੂੰ ਲੱਗਦਾ ਸੀ ਵੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਚਲੇ ਜਾਣਾ ਕਿਉਂਕਿ ਉਹ ਭਗਵੰਤ ਮਾਨ ਦਾ ਆੜੀ ਆ, ਪਰ ਅੰਗਲੀ ਸੰਗਲੀ ਮਿਲਾ ਕੇ ਉਹ ਬੀਜੇਪੀ ਚਲਾ ਗਿਆ ਤੇ ਐਤਕੀ ਬੀਜੇਪੀ ਦੇ ਵੱਲੋਂ ਉਹਨੂੰ ਲੁਧਿਆਣੇ ਤੋਂ ਟਿਕਟ ਮਿਲਣੀ ਆ। ਉਹ ਬੰਦਾ ਜਿਹੜਾ ਕਿ ਕਾਂਗਰਸ ਦੀ ਵਿਚਾਰਧਾਰਾ, ਕਾਂਗਰਸ ਦੀ ਸੋਚ, ਬੀਜੇਪੀ ਦੀ ਧੱਕੇਸ਼ਾਹੀ, ਬੀਜੇਪੀ ਸਹੀ ਨਹੀਂ ਹੈ, ਕਿਸਾਨੀ ਦੇ ਖਿਲਾਫ਼ ਹੈ, ਆਹ ਗੱਲਾਂ ਕਰਦਾ ਸੀ, ਉਹ ਬੀਜੇਪੀ ਚਲਾ ਗਿਆ। ਹੁਣ ਦੇਖੋ ਮਤ ਲੋਕਾਂ ਦੀ ਕਿਹੋ ਜਿਹੀ ਹੈ, ਸਮਾਂ ਦੱਸ ਦੂਗਾ ਆਉਣ ਵਾਲੇ ਸਮੇਂ 'ਚ। ਪਰ ਮੈਨੂੰ ਲੱਗਦਾ ਜੀ ਕਿ ਰਵਨੀਤ ਬਿੱਟੂ ਨੂੰ ਪ੍ਰਤੀਤ ਹੁੰਦਾ ਕਿ 3 ਲੱਖ ਤੋਂ ਵੱਧ ਲੁਧਿਆਣੇ ਦੇ ਵਿੱਚ ਪ੍ਰਵਾਸੀ ਵੀਰਾਂ ਦੀ ਵੋਟ ਆ, ਪ੍ਰਵਾਸੀ ਲੋਕਾਂ ਦੀ, ਸ਼ਾਇਦ ਉਹ ਵੋਟ ਉਹਦਾ ਪਾਰੋ ਤਾਰਾ ਕਰ ਦੇਵੇ। ਪਰ ਰਵਨੀਤ ਬਿੱਟੂ ਦੀ ਕ੍ਰੈਡੀਬਿਲਟੀ ਕੀ ਰਹਿ ਗਈ ਆ? ਤੁਹਾਡੇ ਦਾਦਾ ਜਿਹੜੇ ਤੁਸੀਂ ਕਹਿੰਦੇ, ਮੈਂ ਆਪਣੇ ਦਾਦੇ ਦੀਆਂ ਕੁਰਬਾਨੀਆਂ ਤੇ ਮਾਣ ਕਰਦਾ, ਦਾਦਾ ਤੁਹਾਡਾ ਕਾਂਗਰਸ ਦਾ ਮੁੱਖ ਮੰਤਰੀ ਸੀ, ਠੀਕ ਆ, ਉਸ ਤੋਂ ਬਾਅਦ ਤੁਹਾਡਾ ਅੱਧਾ ਪਰਿਵਾਰ ਜਿਹੜਾ ਕਾਂਗਰਸ ਦੇ ਵਿੱਚ ਸੀ ਤੇ ਹੁਣ ਵੀ ਹੈਗਾ, ਪਰ ਤੁਸੀਂ ਛਾਲ ਮਾਰ ਕੇ ਉਧਰ ਆ ਗਏ ਹੋ। ਮਤਲਬ ਇਹ ਆ ਕਿ ਰਾਜਨੀਤਿਕ ਲੋਕਾਂ ਦੇ ਲਈ ਆਪਣੀ ਸੀਟ ਕੱਢਣੀ, ਆਪਣੀ ਟਿਕਟ ਲੈਣੀ ਹੀ ਇੱਕ ਮਹੱਤਵਪੂਰਨ ਗੱਲ ਆ, ਭਾਵੇਂ ਢੱਠੇ ਖੂਹ 'ਚ ਜਾਂਦਾ ਪੂਰੇ ਦਾ ਪੂਰਾ ਹਲਕਾ, ਕਿਸੇ ਨੇ ਕਿਸੇ ਤੋਂ ਹੋਰ ਕੁਛ ਵੀ ਨਹੀਂ ਲੈਣਾ। ਦੁੱਖ ਵੀ ਹੁੰਦਾ ਇਹਨਾਂ ਗੱਲਾਂ ਦੇ ਉੱਤੇ, ਹੈਰਾਨੀ ਵੀ ਹੁੰਦੀ ਇਹਨਾਂ ਗੱਲਾਂ ਦੇ ਉੱਤੇ ਵੀ ਇਹਨਾਂ ਲੋਕਾਂ ਦੀ ਸੋਚ ਕੀ ਆ? ਸੋਚ ਤਾਂ ਕੋਈ ਹੈ ਹੀ ਨਹੀਂ, ਤੇ ਜਿਹੜੇ ਮਗਰ ਖੜ ਕੇ ਅੜਿੰਗਦੇ ਹੁੰਦੇ ਆ, ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹਨਾਂ ਨੂੰ ਗਸ਼ੀ ਪਈ ਕਿ ਨਹੀਂ ਹਾਲੇ, ਇਹਦੇ ਬਾਰੇ ਹੁਣ ਪਤਾ ਕਰਨਾ ਪੈਣਾ ਜੀ। ਠਾਣਾ ਸਾਹਿਬ, ਉਹਨਾਂ ਨੂੰ ਕਾਹਦੀ ਗਸ਼ੀ ਪੈਣੀ ਹੈ ਜੀ, ਉਹਨਾਂ ਨੇ ਇੱਧਰ ਆ ਕੇ ਵੀ ਇਹੀ ਕਹੀ ਜਾਣਾ, ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਕਿਉਂਕਿ ਉਹਨਾਂ ਦਾ ਕਿਹੜਾ ਸਟੈਂਡ ਹੈ ਜਿਹਨਾਂ ਦੇ ਲੀਡਰ ਦਾ ਸਟੈਂਡ ਹੈ ਨਹੀਂ ਤਾਂ।
ਬਿਲਕੁਲ ਸੱਚ ਹੈ ਜੀ। ਜੀ ਖੈਰ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਹੁਣ ਟਹਿਣਾ ਸਾਹਿਬ ਬੀਜੇਪੀ ਦੀ ਹੀ, ਪਰ ਜੋ ਮਰਜ਼ੀ ਹੋ ਜਾਵੇ, ਜਿਹੜਾ ਮਰਜ਼ੀ ਇਧਰੋਂ ਉਧਰ ਚਲ ਜਾਵੇ, ਉਧਰੋਂ ਇਧਰ ਚਲ ਜਾਵੇ, ਪਰ ਇਹ ਗੱਲ ਤਾਂ ਸਾਫ਼ ਹੈ ਕਿ ਬੀਜੇਪੀ ਨੇਤਾਵਾਂ ਦਾ ਪਿੰਡਾਂ 'ਚ ਪ੍ਰਚਾਰ ਕਰਨਾ ਤਾਂ ਔਖਾ ਹੋਊਗਾ। ਦੇਖੋ ਇਹ ਤਾਂ ਗੱਲ ਸੱਚ ਹੀ ਹੈ, ਜੋ ਬੀਜੇਪੀ ਦੇ ਮੂਹਰੇ ਚੁਣੌਤੀਆਂ ਸਨ ਉਹ ਤਾਂ ਅੱਜ ਵੀ ਹਨ। ਬੀਜੇਪੀ ਤਾਂ ਉਸੇ ਥਾਂ ਦੇ ਉੱਤੇ ਖੜੀ ਹੈ ਨਾ। ਬੀਜੇਪੀ ਨੂੰ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਭਾਈ ਉਹਦਾ ਪਿੰਡਾਂ ਦੇ ਵਿੱਚ ਆਧਾਰ ਬਹੁਤ ਮਜ਼ਬੂਤ ਹੋ ਗਿਆ ਜਾਂ ਬੀਜੇਪੀ ਨੂੰ ਪਿਆਰ ਬਹੁਤ ਕਰਨ ਲੱਗ ਪਏ ਆ। ਬੀਜੇਪੀ ਉਵੇਂ ਹੀ ਆ, ਉਸੇ ਸਥਿਤੀ ਦੇ ਵਿੱਚ ਆ, ਉਸੇ ਹਾਲਾਤ ਦੇ ਵਿੱਚ ਆ। ਹਾਂ ਬੀਜੇਪੀ ਦੇਖਿਓ, ਮੈਂ ਦਾਅਵੇ ਨਾਲ ਇਹ ਗੱਲ ਕਹਿਣਾ, ਮੈਨੂੰ ਨਹੀਂ ਪਤਾ ਬੀਜੇਪੀ ਨੂੰ ਇੱਕ ਸੀਟ ਮਿਲਣੀ ਆ, ਮੈਨੂੰ ਨਹੀਂ ਪਤਾ ਪੰਜ ਮਿਲਣੀਆਂ, ਮੈਨੂੰ ਨਹੀਂ ਪਤਾ ਦੋ ਮਿਲਣੀਆਂ, ਪਰ ਬੀਜੇਪੀ ਇਹ ਗੱਲ ਜ਼ਰੂਰ ਕਿਹਾ ਕਰੂਗੀ ਕਿ ਭਾਈ ਸਾਡੀ ਵੋਟ ਪਰਸੈਂਟੇਜ ਤਾਂ ਵਧੀ ਆ ਨਾ। ਜਦੋਂ ਆ ਜਲੰਧਰ ਦੀ ਜ਼ਿਮਨੀ ਚੋਣ ਹੋਈ ਸੀ ਤੇ ਉਦੋਂ ਇਹਨਾਂ ਨੇ ਗੱਲ ਕਹੀ ਸੀ ਕਿ ਜਿਹੜਾ ਜਿੱਥੇ ਰਿੰਕੂ ਹੋਰੀ ਜਿੱਤੇ ਸੀਗੇ ਉਦੋਂ ਇਹਨਾਂ ਨੇ ਕੀ ਪ੍ਰਚਾਰਿਆ ਸੀ, ਉਹ ਕਹਿੰਦੇ ਦੇਖੋ ਜੀ ਜੇ ਅੱਜ ਵਿਧਾਨ ਸਭਾ ਦੀ ਚੋਣ ਹੁੰਦੀ ਤਾਂ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਾਡਾ ਉਮੀਦਵਾਰ ਜਿੱਤਿਆ। ਮਤਲਬ ਇਹ ਆ ਵੀ ਉਹਨਾਂ ਨੇ ਵੋਟ ਪਰਸੈਂਟੇਜ ਦੇ ਉੱਤੇ ਮਾਣ ਕਰਨਾ, ਉਹ ਹੁਣ ਵੀ ਕਰਦੇ ਆ, ਉਹ ਕਹਿੰਦੇ ਅਸੀਂ ਕਮਾਲ ਕਰ ਦਿਆਂਗੇ, ਸਾਨੂੰ ਇਹਨਾਂ ਦੀ ਕਮਾਲ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ, ਵਾਰ ਵਾਰ ਕਮਾਲ ਕਰਨ ਸਿਰੇ ਹੀ ਲਾਈ ਰੱਖਣ। ਪਰ ਗੱਲ ਇਹ ਵੀ ਪਿੰਡਾਂ ਦੇ ਵਿੱਚ ਵੜਨਗੇ ਕਿਵੇਂ, ਸਮੱਸਿਆਵਾਂ ਉਹੀ ਆ, ਹਾਲਾਤ ਉਹੀ ਆ, ਪਿੰਡਾਂ ਦੇ ਵਿੱਚ ਵੜਨਗੇ ਕਿਵੇਂ ਸਵਾਲ ਵੀ ਉਹੀ ਆ। ਸੋ ਇਹਨਾਂ ਦੇ ਵੱਲੋਂ ਕੀ ਰਣਨੀਤੀ ਘੜੀ ਜਾਊਗੀ, ਮੌਕੇ ਦੇ ਉੱਤੇ ਕੀ ਫੈਸਲਾ ਹੋਊਗਾ, ਇਹ ਵਕਤ ਬਿਆਨ ਕਰੂਗਾ। ਪਰ ਹਾਲਾਤ ਇਸ ਵੇਲੇ ਭਾਈ ਚਿੰਤਾਜਨਕ ਆ। ਬੀਜੇਪੀ ਆ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਹੋਊਗਾ, ਪੰਜਾਬ ਹੈਗਾ ਖੇਤੀਬਾੜੀ ਪ੍ਰਧਾਨ ਸੂਬਾ, ਜਿੰਨੀਆਂ ਵੀ ਕਿਸਾਨ ਲਹਿਰਾਂ ਚੱਲਦੀਆਂ, ਜਿੰਨੇ ਵੀ ਕਿਸਾਨ ਅੰਦੋਲਨ ਹੁਣ ਤੱਕ ਹੋਏ ਆ, ਉਹ ਸਿਰਫ ਤੇ ਸਿਰਫ ਪੰਜਾਬ ਦੀ ਅਗਵਾਈ ਦੇ ਕਰਕੇ ਹੋਏ ਆ। ਐਤਕੀ ਵੀ ਤੁਸੀਂ ਦੇਖ ਲਓ, ਰੋਟੀ ਤਾਂ ਸਾਰਾ ਭਾਰਤ ਖਾਂਦਾ, ਮੂਹਰੇ ਪੰਜਾਬ ਦੇ ਕਿਸਾਨ ਲੱਗੇ ਆ, ਭਾਵੇਂ ਪੰਜਾਬ ਦੇ ਵੀ ਕੁਝ ਕਿਸਾਨ ਲੱਗੇ ਜਥੇਬੰਦੀਆਂ 'ਚ ਵੰਡੀਆਂ ਪਈਆਂ, ਫਿਰ ਨਾਲ ਹਰਿਆਣਾ ਤੁਰ ਪਿਆ, ਫਿਰ ਚਲੋ ਮਹਾਂਪੰਚਾਇਤਾਂ ਵੀ ਹੋਊਗੀਆਂ, ਪਰ ਮਸਲਾ ਓਡੇ ਦਾ ਓਡਾ, ਵੇਖਦੇ ਹਾਂ ਕੀ ਬਣਦਾ। ਪਰ ਮੈਨੂੰ ਲੱਗਦਾ ਵੀ ਬੀਜੇਪੀ ਨੂੰ ਵੀ ਓਡੀ ਸਫਲਤਾ ਨਹੀਂ ਮਿਲਣੀ ਜਿੱਡੀ ਉਹ ਆਸ ਲਾਈ ਬੈਠੇ ਜੀ। ਜੀ ਬਿਲਕੁਲ ਕਹਿਣਾ ਸਾਹਿਬ, ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰਦੇ ਹਾਂ ਜੀ। ਕਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਨਵੇਂ ਨਿਰਦੇਸ਼, ਤੇ ਹੁਣ ਨਵਾਂ ਵਿਵਾਦ ਛਿੜ ਗਿਆ ਉਹਨਾਂ ਨਿਰਦੇਸ਼ਾਂ ਦਾ ਕਰਕੇ, ਕੀ ਨਿਰਦੇਸ਼ ਨੇ? ਦੇਖੋ ਜੀ ਗੱਲ ਅਸਲ ਦੇ ਵਿੱਚ ਇਹ ਆ ਵੀ ਅਰਵਿੰਦ ਕੇਜਰੀਵਾਲ ਦੇ ਮੰਤਰੀ ਆ ਜਿਹੜੇ ਦਿੱਲੀ ਦੇ, ਉਹ ਹਰ ਰੋਜ਼ ਕੁਝ ਨਾ ਕੁਝ ਇਹ ਗੱਲ ਕਹਿ ਦਿੰਦੇ ਆ ਕਿ ਭਾਈ ਅਸੀਂ ਤਾਂ ਕੇਜਰੀਵਾਲ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ ਨੂੰ ਫੋਲੋ ਕਰਵਾ ਰਹੇ ਹਾਂ ਜਾਂ ਫੋਲੋ ਕਰ ਰਹੇ ਹਾਂ। ਪਹਿਲਾਂ ਤਾਂ ਕੇਜਰੀਵਾਲ ਦੇ ਵੱਲੋਂ ਕਸਟਡੀ ਦੇ ਵਿੱਚੋਂ ਹੀ ਤੇ ਇੱਕ ਲੈਟਰ ਜਾਰੀ ਕੀਤੀ ਗਈ, ਇੱਕ ਸੁਨੇਹਾ ਜਾਰੀ ਕੀਤਾ ਗਿਆ ਜਿਹੜਾ ਸੀਗਾ ਜੀ ਦਿੱਲੀ ਦੇ ਪਾਣੀ ਦੇ ਮਸਲੇ ਬਾਰੇ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਜੋ ਕਿ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸੀ ਕਿ ਕੇਜਰੀਵਾਲ ਸਾਹਿਬ ਕਿੰਨੇ ਫਿਕਰਮੰਦ ਆ, ਕੇਜਰੀਵਾਲ ਸਾਹਿਬ ਦੀ ਕਿੰਨੀ ਡੂੰਘੀ ਸੋਚ ਆ, ਕੇਜਰੀਵਾਲ ਸਾਹਿਬ ਕਿੰਨੇ ਡੈਡੀਕੇਟਡ ਆ, ਜਿਹੜੇ ਕਿ ਜੇਲ੍ਹ ਦੇ ਵਿੱਚ ਬੈਠੇ ਵੀ ਨਿਰਦੇਸ਼ ਜਾਰੀ ਕਰ ਰਹੇ ਆ ਕਿ ਭਾਈ ਦਿੱਲੀ ਦੇ ਵਿੱਚ ਫਲਾਣੀਆਂ ਫਲਾਣੀਆਂ ਥਾਵਾਂ 'ਤੇ ਪਾਣੀ ਦੀ ਸਮੱਸਿਆ, ਟੈਂਕਰ ਉੱਥੇ ਭੇਜੇ ਜਾਣ, 9 ਸਾਲ ਹੋ ਗਏ ਉਹਨਾਂ ਨੂੰ ਸੀਐਮ ਬਣਿਆ, ਇਹਨਾਂ ਤੋਂ ਬਿਨਾਂ ਹੋਰ ਕੋਈ ਇੰਨਾ ਫਿਕਰ ਨਹੀਂ ਕਰ ਸਕਦਾ। ਈਡੀ ਨੇ ਇਹ ਗੱਲ ਕਹੀ ਵੀ ਉਹ ਸਾਡੇ ਕੋਲ ਹਿਰਾਸਤ ਦੇ ਵਿੱਚ ਆ, ਨਾ ਅਸੀਂ ਵਰਕਾ ਦਿੱਤਾ, ਨਾ ਅਸੀਂ ਪਿੰਨ ਦਿੱਤਾ, ਨਾ ਅਸੀਂ ਟਾਈਪਰਾਈਟਰ ਦਿੱਤਾ, ਆਦੇਸ਼ ਕਿਹੜੇ ਵੇਲੇ ਜਾਰੀ ਹੋ ਗਏ, ਇਹਦੀ ਅਸੀਂ ਪੜਤਾਲ ਕਰਾਂਗੇ। ਹੁਣ ਦਿੱਲੀ ਦੇ ਜਿਹੜੇ ਸਿਹਤ ਮੰਤਰੀ ਸੌਰਵ ਭਾਰਦਵਾਜ, ਉਹਨਾਂ ਦੇ ਵੱਲੋਂ ਗੱਲ ਕਹੀ ਗਈ ਆ, ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਦਾ ਈਡੀ ਦੀ ਹਿਰਾਸਤ ਦੇ ਵਿੱਚੋਂ ਨਵਾਂ ਸੁਨੇਹਾ ਆਇਆ ਕਿ ਭਾਈ ਕੁਝ ਮੁਹੱਲਾ ਕਲੀਨਿਕਾਂ ਦੇ ਵਿੱਚ ਦਵਾਈਆਂ ਖਤਮ ਹੋਈਆਂ ਪਈਆਂ, ਉਹਨਾਂ ਦਵਾਈਆਂ ਨੂੰ ਛੇਤੀ ਛੇਤੀ ਪਹੁੰਚਾਇਆ ਜਾਵੇ, ਦਿੱਲੀ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਈਡੀ ਨੇ ਫਿਰ ਇਹ ਗੱਲ ਕਹੀ ਆ, ਉਹ ਕਹਿੰਦੇ ਸਾਡੀ ਕਸਟਡੀ ਦੇ ਵਿੱਚ ਤਾਂ ਕੋਈ ਸੁਨੇਹਾ ਜਾਰੀ ਹੋਇਆ ਨਹੀਂ, ਇਹ ਕੋਲੋਂ ਗੱਲਾਂ ਬਣਾ ਬਣਾ ਇਹ ਕਰ ਰਹੇ ਆ, ਤੇ ਭਾਈ ਅਸੀਂ ਇਸ ਮਾਮਲੇ ਦੀ ਹੁਣ ਪੜਤਾਲ ਕਰਾਂਗੇ। ਯਾਨੀ ਕਿ ਮਸਲਾ ਓਡੇ ਦਾ ਓਡਾ ਹੀ ਆ। ਅਸਲ ਦੇ ਵਿੱਚ 28 ਤਰੀਕ ਤੱਕ ਦੇ ਲਈ ਕੇਜਰੀਵਾਲ ਈਡੀ ਦੇ ਕੋਲ ਆ ਫਿਲਹਾਲ, ਅਗਲਾ ਵੇਰਵਾ ਬਾਅਦ ਦੇ ਵਿੱਚ ਆਊਗਾ, ਪਰ 28 ਤਰੀਕ ਤੱਕ ਦੇ ਲਈ ਸਿਰਫ 1 ਘੰਟੇ ਵਾਸਤੇ ਅਦਾਲਤ ਨੇ ਕੇਜਰੀਵਾਲ ਨੂੰ ਮੁਲਾਕਾਤ ਦਾ ਸਮਾਂ ਦਿੱਤਾ। ਇਹ ਜਿਹੜੀ ਈਡੀ ਦੀ ਕਸਟਡੀ ਦੇ ਵਿੱਚ 1 ਘੰਟਾ ਹਰ ਰੋਜ਼ ਯਾਨੀ ਕਿ 24 ਘੰਟਿਆਂ ਦੇ ਵਿੱਚ ਤੇ ਕੇਜਰੀਵਾਲ ਆਪਦੇ ਪਰਿਵਾਰ ਨੂੰ ਮਿਲ ਸਕਦੇ ਆ, ਉਹ 1 ਘੰਟੇ ਦੇ ਵਿੱਚੋਂ ਅੱਧਾ ਘੰਟਾ ਆਪਣੀ ਘਰਵਾਲੀ ਤੇ ਸੈਕਟਰੀ ਨੂੰ, ਅੱਧਾ ਘੰਟਾ ਆਪਣੇ ਵਕੀਲਾਂ ਨੂੰ। ਸੋ ਇਹ ਸੁਨੇਹੇ ਕਿਹੜੇ ਵੇਲੇ ਜਾਰੀ ਹੋ ਜਾਂਦੇ ਆ, ਸੋ ਇਹ ਹੁਣ ਸਵਾਲਾਂ ਦਾ ਸਵਾਲ ਆ। ਸੋ ਉੱਠਿਆ ਤਾਂ ਹੈ ਜੀ ਇਹ ਮਸਲਾ ਵੀ ਭਾਈ ਕੇਜਰੀਵਾਲ ਹੋਰਾਂ ਦੇ ਵੱਲੋਂ ਜਿਹੜੇ ਸੁਨੇਹੇ ਜਾਰੀ ਕੀਤੇ ਜਾ ਰਹੇ ਆ ਇਹ ਜਾਅਲੀ ਆ, ਇਹ ਫੇਕ ਹੈਗੇ ਆ। ਇੱਕ ਜਾਣਕਾਰੀ ਹੋਰ ਲੈਣੀ ਬਣਦੀ ਆ, ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ, ਉਹਨਾਂ ਨੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ। ਉਹ ਕਹਿੰਦੇ ਦੇਖੋ ਜੀ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਪਰ ਮੈਂ ਇਸ ਮਾਮਲੇ 'ਚ ਕੋਈ ਮਦਦ ਨਹੀਂ ਕਰ ਸਕੂੰਗਾ ਕਿਉਂਕਿ ਤੁਸੀਂ ਮੈਨੂੰ ਮਦਦ ਦੀ ਹਾਲਤ ਦੇ ਵਿੱਚ ਛੱਡਿਆ ਨਹੀਂ, ਤੇ ਜਿਹੜੇ ਲੋਕਾਂ
ਨੂੰ ਤੁਸੀਂ ਤਰੱਕੀਆਂ ਦਿੱਤੀਆਂ ਤੇ ਅੱਗੇ ਲੈ ਕੇ ਆਂਦਾ, ਉਹ ਇਸ ਹੈਸੀਅਤ ਦੇ ਵਿੱਚ ਨਹੀਂ ਕਿ ਤੁਹਾਡੀ ਕੋਈ ਮਦਦ ਕਰ ਸਕਣ। ਉਹ ਤੁਹਾਡੇ ਗ੍ਰਿਫਤਾਰੀ ਤੋਂ ਬਾਅਦ ਖੁਸ਼ੀਆਂ ਵੀ ਮਨਾਈ ਜਾਣਗੇ ਤੇ ਪ੍ਰਦਰਸ਼ਨ ਵੀ ਕਰੀ ਜਾਣਗੇ। ਮਤਲਬ ਇਹ ਜੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਇੱਕ ਹਿੱਸੇ ਵਿੱਚ ਆਹ ਕੁਝ ਵੀ ਆ। ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇੱਕ ਡੀਪੀ ਲਾਉਣ ਦੇ ਲਈ ਸਭ ਨੂੰ ਕਿਹਾ ਸੋਸ਼ਲ ਮੀਡੀਆ ਤੇ ਵੀ ਭਾਈ ਕੇਜਰੀਵਾਲ ਦਾ ਸਭ ਤੋਂ ਵੱਡਾ, ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ। ਪੰਜਾਬ ਦੇ ਕਈ ਨੇਤਾਵਾਂ ਨੇ ਇਹ ਡੀਪੀ ਵੀ ਨਹੀਂ ਲਾਈ, ਉਹ ਭੁੱਲ ਗਏ ਜਾਂ ਵੰਡੀਆਂ ਪਈਆਂ ਪਾਰਟੀ ਦੇ ਵਿੱਚ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਉਹ ਡੀਪੀ ਵੀ ਓਨੇ ਵੱਡੇ ਪੱਧਰ ਦੇ ਉੱਤੇ ਵਾਇਰਲ ਨਹੀਂ ਹੋਈ। ਜੀ ਬਿਲਕੁਲ, ਚਲੋ ਸਾਹਿਬ ਅੱਗੇ ਵੱਧਦੇ ਹਾਂ। ਇੱਕ ਬਹੁਤ ਹੀ ਵੱਡੀ ਠੱਗੀ ਦੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਜੀ, ਉਹ ਸਾਂਝੀ ਕਰਦੇ ਹਾਂ। ਗਾਹਕਾਂ ਨੂੰ ਕਹਿੰਦੇ ਜਾਲੀ ਹਵਾਈ ਟਿਕਟਾਂ ਜਿਹੜੀਆਂ ਨੇ ਉਹ ਵੇਚ ਕੇ ਏਜੰਟ ਫਰਾਰ ਹੋ ਗਿਆ ਜੀ, ਕਿੱਥੋਂ ਦੀ ਖਬਰ ਹੈ? ਇਹ ਜੀ ਮੁੱਲਾਪੁਰ ਦਾਖਾਂ ਤੋਂ ਖਬਰ ਆਈ ਹੈ, ਬੜੀ ਹੈਰਾਨੀਜਨਕ ਤੇ ਬੜੀ ਦੁਖਦਾਈ ਖਬਰ ਆ। ਵੀ ਲੋਕਾਂ ਦੇ ਨਾਲ ਠੱਗੀ ਦੇਖੋ ਕਿਵੇਂ ਵੱਜਦੀ ਹੈ। ਤੇ ਠੱਗ ਲੋਕ ਆ ਜਿਹੜੇ ਉਹ ਇੱਕ ਸਕਿੰਟ ਲਈ ਨਹੀਂ ਸੋਚਦੇ ਵੀ ਅੱਜ ਨਹੀਂ ਤਾਂ ਕੱਲ ਨੂੰ ਫੜੇ ਜਾਵਾਂਗੇ, ਕੱਲ ਨੂੰ ਨਹੀਂ ਤਾਂ ਹਫ਼ਤੇ ਨੂੰ ਫੜੇ ਜਾਵਾਂਗੇ। ਤੁਸੀਂ ਇਸ ਧਰਤੀ ਨੂੰ ਛੱਡ ਕੇ ਦੁਨੀਆਂ ਦੇ ਕਿਹੜੇ ਹਿੱਸੇ ਚਲੇ ਜਾਓਗੇ ਜਿੱਥੇ ਪਤਾ ਨਹੀਂ ਲੱਗੂਗਾ? ਤੁਸੀਂ ਕੋਈ ਚੰਦਰਯਾਨ ਦੇ ਰਾਹੀਂ ਚੰਦ ਤੇ ਜਾਣੋ ਰਹੇ, ਰਹੋਗੇ ਤਾਂ ਪੰਜਾਬ 'ਚ ਹੀ, ਭਾਰਤ ਦੇ ਵਿੱਚ ਹੀ, ਜੇ ਬਾਹਰ ਵੀ ਚਲੇ ਗਏ ਇੱਕ ਨਾ ਇੱਕ ਦਿਨ ਤਾਂ ਇੱਥੇ ਆਉਂਗੇ ਹੀ। ਪਰ ਲੋਕ ਸੋਚਦੇ ਨਹੀਂ, ਲੋਕਾਂ ਨੂੰ ਇਹ ਹੁੰਦਾ ਵੀ ਅੱਜ ਦਾ ਮਸਲਾ ਹੱਲ ਹੋ ਜੇ, ਬਾਕੀ ਵੇਹਣੇ ਬਾਅਦ ਦੇ ਵਿੱਚ ਕੀ ਬਣਦਾ। ਸੋ ਪਤਾ ਲੱਗਾ ਜੀ ਕਿ ਮੁੱਲਾਪੁਰ ਦਾਖਾਂ ਦੇ ਵਿੱਚ 8-10 ਲੋਕਾਂ ਦੇ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਆ, ਲਾਏ ਗਏ ਦੋਸ਼ਾਂ ਮੁਤਾਬਕ। ਇਹਨਾਂ ਨੂੰ ਕੈਨੇਡਾ ਦੀਆਂ, ਅਮਰੀਕਾ ਦੀਆਂ, ਹੋਰ ਵੱਖ ਵੱਖ ਦੇਸ਼ਾਂ ਦੀਆਂ ਟਰੈਵਲ ਟਿਕਟਾਂ ਵੇਚੀਆਂ, ਹਵਾਈ ਜਹਾਜ਼ ਦੀਆਂ ਟਿਕਟਾਂ ਵੇਚੀਆਂ। ਹੁਣ ਲੋਕ ਜਿਹੜੇ ਉਹ ਟਿਕਟਾਂ ਲੈ ਕੇ ਆਪਾਂ ਦਿੱਲੀ ਏਅਰਪੋਰਟ 'ਤੇ ਜਾਂਦੇ ਹਾਂ, ਜਦੋਂ ਦਿੱਲੀ ਏਅਰਪੋਰਟ 'ਤੇ ਪਹੁੰਚੇ ਹਾਂ ਉਹਨਾਂ ਨੇ ਕਹਿਤਾ ਜੀ ਤਾਂ ਟਿਕਟਾਂ ਜਾਲੀ ਆ। ਉਹ ਫਿਰ ਵਿਚਾਰੇ ਵਾਪਸ ਮੁੜੇ ਅਤੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਆ। ਮਤਲਬ ਤੁਸੀਂ ਦੇਖੋ ਵੀ ਪੈਰ ਪੈਰ ਦੇ ਤੋਂ ਠੱਗੀਆਂ ਕਿਵੇਂ ਆ। ਹੁਣ ਇਹ ਬੰਦਾ ਕਿਤੇ ਨਾ ਕਿਤੇ ਗਾਇਬ ਹੋ ਗਿਆ, ਕਹਿੰਦੇ ਵੀ 12-15 ਲੱਖ ਰੁਪਏ ਨੇ ਠੱਗੀ ਮਾਰ ਲਈ ਆ ਅਤੇ ਨਕਲੀ ਟਿਕਟਾਂ ਬਣਾ ਕੇ ਦਿੱਤੀਆਂ ਜੀ। ਜੀ ਤੇ ਟਾਣਾ ਸਾਹਿਬ, ਇੱਕ ਹੋਰ ਵੀ ਇਹਦੇ ਨਾਲ ਜੁੜਦੀ ਹੋਈ ਬਹੁਤ ਦੁਖਦਾਇਕ ਖਬਰ ਸਾਹਮਣੇ ਆਈ ਹੈ, ਕਹਿੰਦੇ ਵੀਜ਼ਾ ਨਾ ਲੱਗਣ ਕਰਕੇ ਨੌਜਵਾਨ ਖੁਦ ਨੂੰ ਗੋਲੀ ਮਾਰ ਲਈ ਹੈ ਜੀ, ਇਹ ਕਿੱਥੋਂ ਦੀ ਖਬਰ ਹੈ? ਬਿਲਕੁਲ ਜੀ, ਇਹ ਖਬਰ ਲੁਧਿਆਣੇ ਤੋਂ ਆਈ ਹੈ। ਸੁਖਚੈਨ ਸਿੰਘ ਨਾਂ ਦਾ ਵਿਅਕਤੀ ਆ। ਸਾਡੇ ਪੰਜਾਬੀਆਂ ਦੇ ਵਿੱਚ ਖਿੱਚ ਕਿੰਨੀ ਹੈ, ਸਾਡੇ ਪੰਜਾਬੀਆਂ ਦੇ ਵਿੱਚ ਲੜਕ ਕਿੰਨੀ ਹੈ, ਸਾਡੇ ਪੰਜਾਬੀਆਂ ਦਾ ਸੁਭਾਅ ਕੈਸਾ। ਅਸੀਂ ਸੋਚਦੇ ਹੀ ਨਹੀਂ ਵੀ ਭਾਈ ਜੇ ਵੀਜ਼ਾ ਨਾ ਲੱਗੇ ਤਾਂ ਵੀ ਦੁਨੀਆਦਾਰੀ ਹੈ, ਪਰ ਇੱਕ ਖਿੱਚ ਆ, ਉਸ ਖਿੱਚ ਦੇ ਕਰਕੇ ਤੇ ਆਹ ਕੁਝ ਸਾਰਾ ਵਾਪਰਦਾ। ਇਹ ਖਬਰ ਲੁਧਿਆਣੇ ਦੇ ਵਿੱਚੋਂ ਜਿਹੜੀ ਆਈ ਹੈ, ਇੱਥੇ ਇੱਕ ਵਿਅਕਤੀ ਨੇ ਕਈ ਵਾਰ ਵੱਖ ਵੱਖ ਦੇਸ਼ਾਂ ਦਾ ਅਪਲਾਈ ਕੀਤਾ ਹੋਊਗਾ ਵੀਜ਼ਾ, ਪਰ ਉਹਦਾ ਵੀਜ਼ਾ ਲੱਗਿਆ ਨਹੀਂ, ਉਹਨੂੰ ਹਰ ਵਾਰ ਨਾ ਹੋ ਜਾਂਦੀ ਹੈ, ਵੀਜ਼ਾ ਡਿਕਲਾਈਨ ਹੋ ਜਾਂਦਾ, ਜਿਹਦੇ ਕਰਕੇ ਉਹਦੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤਾਂ ਖੁਦਕੁਸ਼ੀ ਕਰ ਲਈ ਗਈ ਹੈ। ਹਾਲਾਂਕਿ ਮਰਨਾ ਕਿਸੇ ਮਸਲੇ ਦਾ ਹੱਲ ਨਹੀਂ ਅਤੇ ਹੁਣ ਵੀ ਕੋਈ ਵੀਜ਼ਾ ਨਹੀਂ ਲੱਗ ਗਿਆ, ਪਰ ਲੋਕ ਆ ਜਿਹੜੇ ਉਹ ਨਹੀਂ ਟਲਦੇ, ਲੋਕ ਨਹੀਂ ਸੋਚਦੇ ਵੀ ਭਾਈ ਸਾਡੇ ਜਾਣ ਦੇ ਨਾਲ ਇਉਂ ਕਿਹੜਾ ਮਸਲਾ ਹੱਲ ਹੋਣਾ ਜੀ। ਜੀ ਚਲੋ ਸਾਹਿਬ, ਧਾਰਮਿਕ ਥਾਵਾਂ ਦੇ ਉੱਪਰ ਜਿਹੜੇ ਸਪੀਕਰਸ ਵੱਜਦੇ ਨੇ, ਲਾਊਡ ਸਪੀਕਰਸ ਵੱਜਦੇ ਨੇ, ਇਹਦਾ ਮੁੱਦਾ ਹੁਣ ਕਹਿੰਦੇ ਹਾਈ ਕੋਰਟ ਦੇ ਵਿੱਚ ਉੱਠਿਆ ਜੀ। ਬਿਲਕੁਲ ਜੀ, ਉੱਠਿਆ ਪਹਿਲਾਂ ਵੀ ਸੀ, ਪਰ ਪਹਿਲਾਂ ਇਸ ਮੁੱਦੇ ਦੇ ਉੱਤੇ ਕਿਸੇ ਨੇ ਅਮਲ ਨਹੀਂ ਕੀਤਾ ਤੇ ਇੱਕ ਵਾਰ ਇਹ ਫਿਰ ਉੱਠਿਆ। ਪੰਜਾਬ ਦੀ ਸਰਕਾਰ ਨੂੰ, ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਸਵਾਲ ਕੀਤਾ ਕਿ 2019 ਦੇ ਵਿੱਚ ਵੀ ਅਸੀਂ ਆਰਡਰ ਜਾਰੀ ਕੀਤਾ ਸੀ, ਪਰ ਤੁਸੀਂ ਕੀਤਾ ਕੀ ਇਸ ਮਸਲੇ ਦੇ ਉੱਤੇ? ਪੰਜਾਬ ਦੀ ਸਰਕਾਰ ਆ ਜਿਹੜੀ, ਉਹਦੇ ਵੱਲੋਂ ਹੁਣ ਕੀ ਕੀਤਾ ਜਾਊਗਾ, ਉੱਤਰ ਕੀ ਦਿੱਤਾ ਜਾਊਗਾ, ਸਮਾਂ ਦੱਸੂਗਾ। ਪਰ ਸਵਾਲ ਕਰਤਾ ਤੇ ਜਿਹੜੀ ਪਟੀਸ਼ਨ ਪਾਉਣ ਵਾਲੀ ਤੈਰੋ ਨੇ ਗੱਲ ਕਹੀ ਆ, ਪੰਜਾਬ ਦੇ ਪਿੰਡਾਂ ਦੇ ਧਾਰਮਿਕ ਥਾਵਾਂ ਦੇ ਵਿੱਚ ਵੱਜਦੇ ਸਪੀਕਰ ਆ ਜਿਹੜੇ, ਉਹ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਇਸ ਕਰਕੇ ਇਹਨਾਂ ਦੀ ਆਵਾਜ਼ ਘਟਾਉਣ ਦੇ ਹੁਕਮ ਜਾਰੀ ਹੋਣੇ ਚਾਹੀਦੇ ਆ। ਤੇ ਇਹ ਗੱਲ ਸੱਚ ਵੀ ਆ, ਪਿੰਡਾਂ ਦੇ ਵਿੱਚ ਚਲੇ ਜਾਓ ਧਾਰਮਿਕ ਥਾਵਾਂ ਇੰਨੀਆਂ, ਸ਼ਹਿਰਾਂ ਚਲੇ ਜਾਓ ਇੰਨੀਆਂ, ਸਵੇਰ ਤੇ ਆਥਣ ਦੇ ਵੇਲੇ ਕੰਨ ਪਈ ਆਵਾਜ਼ ਨਹੀਂ ਸੁਣਦੀ, ਕਿਸੇ ਨੇ ਬਿਮਾਰ ਹੋ ਸਕਦਾ ਕੋਈ, ਕਿਸੇ ਨੇ ਸਵੇਰੇ ਪੇਪਰ ਦੇਣ ਜਾਣਾ, ਕੋਈ ਰਾਤ ਨੂੰ ਲੇਟ ਘਰੇ ਆਉਂਦਾ, ਉਹਨੇ ਲੇਟ ਉੱਠਣਾ ਹੈਗਾ, ਪਰ ਹੈ ਹੀ ਨਹੀਂ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਗੱਲ ਕਹੀ ਹੋਈ ਆ ਕਿ ਭਾਈ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਆਵਾਜ਼ ਰਹਿਣੀ ਚਾਹੀਦੀ ਆ, ਪਰ ਨਹੀਂ, ਲੋਕਾਂ ਦਾ ਇੱਦਾਂ ਸਿਰ ਨਹੀਂ ਕੰਮ ਕਰਦਾ। ਮਤਲਬ ਇਹ ਆ ਵੀ ਅਸੀਂ ਜੇ ਆਪਾਂ ਕਿਸੇ ਨੂੰ ਕਹੀਏ ਵੀ ਭਾਈ ਗੁਰੂ ਘਰ ਦੀ ਆਵਾਜ਼ ਐਂ ਨੀਵੀਂ ਕਰ ਲਾ, ਲੋਕ ਅੱਗੋਂ ਛੱਤੀ ਗੱਲਾਂ ਕਰਦੇ, ਡੀਜੇ ਕਿਹੜਾ ਚੱਲਦੇ ਨਹੀਂ, ਡੀਜੇ ਵਾਲਿਆਂ ਨੂੰ ਕਹੇ ਮੰਦਿਰ ਚੋਂ ਕਿਹੜਾ ਆਵਾਜ਼ ਆਉਂਦੀ ਨਹੀਂ, ਮੰਦਿਰ ਵਾਲੇ ਨੂੰ ਕਹੇ ਮਸਜਿਦ ਚੋਂ ਕਿਹੜਾ ਆਉਂਦੀ ਨਹੀਂ। ਸੋ ਆਹ ਕੁਝ ਆ, ਇੱਕ ਦੂਜੇ ਦੇ ਉੱਤੇ ਉਲਾਂਭੇ ਮੜੀ ਜਾਣੇ, ਪਰ ਗੱਲ ਵਿਚਲੀ ਕੀ ਆ, ਮਸਲਾ ਕਿਵੇਂ ਹੱਲ ਹੋਣਾ ਚਾਹੀਦਾ, ਅਸੀਂ ਇੱਦਾਂ ਕਿਉਂ ਕਰਦੇ ਹਾਂ, ਅਸੀਂ ਕਿਵੇਂ ਕਰਨ ਨੂੰ ਹਟਾਂਗੇ, ਸਾਡੇ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਸਾਨੂੰ ਕਿਸੇ ਨੂੰ ਪਰੇਸ਼ਾਨ ਕਰਨ ਦਾ ਹੱਕ ਕੀ ਆ? ਇਹਦੇ ਵੱਲ ਭਾਈ ਅਸੀਂ ਇੱਕ ਪੈਸੇ ਦੀ ਗੌਰ ਨਹੀਂ ਕਰਦੇ, ਜੋ ਕਿ ਕਰਨੀ ਚਾਹੀਦੀ ਹੈ।
जी बिल्कुल सही कहा तुसीं पहिलां साहब। ते बीते कल होला महला मनाया गया जी, ते इस मौके ते कहिंदे 3 लाख दे नेड़े तेड़े जिहड़ी संगत आ उह नतमस्तक हुई है जी। बिल्कुल जी बिल्कुल, 3 दिनां दे विच 3 लख संगत जिहड़ी उह नतमस्तक होई है जी। जी सो खैर बहुत बहुत शुक्रिया सर, अज लई इन्ना ही जी, फिर विचारां दी सांझ पावांगे, मेहरबानी। मेहरबानी जी।